पटियाला विखे माहौल उस समय तनावपूर्ण बन गया जदों श्रोमणी अकाली दल के कुछ वर्करां दरमियान बीती रात जम के झड़प हुई, जिस तो बाद जश नामक एक व्यक्ति ने अतुल उपर पेट्रोल छिड़के अग लगा दी। ये सारा हादसा पटियाला के बस अड्डे के पिछले पासे अवतार हैप्पी के दफ्तर दा है। मौके पर मौजूद अतुल के दोस्त गौरव राणा ने अवतार हैप्पी नु बुला के अतुल नु इत्थों दे रजिंद्रा हस्पताल च पहुंचाया। वापस हो गया जी, उथे दी मुंह फेर के मैं आ गया। फिर उन्हें बहस बहुस चली कुछ देर, फिर आपसी है ना, आपसी चली। हाँ, फिर असी तो सो गए जी। फिर वो तो बाद रात नू गया होना जी, गौरव नाल ले, गौरव राणे नू लेके नाल गया, वो तेल तूल लेके आया होना। गौरव राणे नू नाल लेके गया? हाँ जी। अच्छा, कल्ला नहीं गया तेल लेने? ना जी। की कह के लिया सी तेल कि अगर एक्टिवा ते अपना मुक जाएगा एमरजेंसी वास्ते आप पता लवेंगे। तो जी थोड़े तेल पाया तो किन्ने बजे की घटना है वाली? आई तकरीबन 3 बजे की गल है जी। राणे ने तो मैनू बचाया जी, वो तो मैनू लत्तां तो फट के सीधा थले ले गया पौड़ियाँ तो। फिर हॉस्पिटल उही लेके आए थोनू? उही लेके आया जी। उहदा फोन बंद सीगा, मेरा फोन उत्थे चार्ज लग्गिया सी, मेरा फोन तो जल गया, जो होया सो होया। तो उस तो बाद मैनू थले ले गया अग नाल पूरा। मैं इधर उधर लिट रहा, मतलब बचने की कोशिश कर रहा कि बच सकता जिन्ना बचा। तो उन्हें की किया, उन्हें अपना एपर कट के मेरे ते पाया, तो एक कंबल जहा ले आया जो थले पिया सीगा ऑफिस से, वो चक के मेरे उत्ते पाया। उन्हें अग बचाने की कोशिश की चंगी तरह, तो फिर अग तां भी कंट्रोल च नहीं आ रही सी, क्योंकि पेट्रोल सीगा जी, समझ तो बाहर हुंदा। फिर मैंने कपड़े अपने फटाफट कड़े, तकरीबन कपड़ियां ते तां अग लगी हुई सी चंगी तरह। ते हुण की मांग करना चाहते हो? पुलिस नूं कंप्लेन कीती गई है? कीती है जी। ਕੀ ਮੰਗ ਕੀਤੀ ਨੇ ਕਰਦੇ ਹੋ ਤੁਸੀਂ ਜੀ? ਮੈਨੂੰ ਤਾਂ ਇਨਸਾਫ ਚਾਹੀਦਾ, ਮੈਂ ਤਾਂ ਸੁੱਤਾ ਪਿਆ ਸੀਗਾ। ਬੁਲਾ ਦੇ ਕਹਿੰਦੇ ਰੈਲੀ ਆਪਣੀ ਰੈਲੀ 'ਤੇ ਜਾਣਾ ਆਪਾਂ, ਅਤੇ ਇਹਦਾ ਫੋਨ ਅਕਬਰ ਸੀ ਲਿਆ। ਥੋੜ੍ਹਾ ਉੱਚੀ ਬੋਲਣਾ। ਕਿੱਥੋਂ ਲੈ ਕੇ ਆਏ ਸੀ ਇਹਨੂੰ? ਟਿਵਾਣਾ ਚੌਂਕ 'ਤੇ। ਅਤੁਲ ਨੂੰ ਲੈ ਕੇ ਆਏ? ਹਾਂਜੀ ਸਰ। ਯਸ਼ ਵੀ ਨਾਲ ਸੀ ਤੁਹਾਡੇ? ਹਾਂਜੀ। ਕਿਸ 'ਤੇ ਗਏ ਸੀ ਲੈਣ? ਸਕੂਟੀ 'ਤੇ ਗਏ ਸੀ ਸਰ। ਠੀਕ ਹੈ, ਲੈ ਆਏ? ਲੈ ਕੇ ਆਏ, ਫਿਰ ਅਸੀਂ ਇਕੱਠੇ ਉੱਪਰ ਬੈਠੇ, ਗੱਲਾਂ ਬਾਤਾਂ ਕੀਤੀਆਂ। ਫਿਰ ਯਸ਼ ਆਪਣੀ ਸਹੇਲੀ ਨਾਲ ਗੱਲ ਕਰ ਰਹੇ ਸੀ ਫੋਨ 'ਤੇ ਹੀ। ਗੱਲ ਕਰਦੇ ਕਰਦੇ ਫਿਰ ਉਹਨੂੰ ਲੈਣ ਚਲਾ ਗਿਆ ਸੀ, ਕਹਿੰਦਾ ਮੈਂ ਲੈਣ ਆ ਰਿਹਾ ਤੈਨੂੰ ਰਾਤ ਨੂੰ। ਇਹ ਲੈ ਕੇ ਆ ਗਿਆ ਅਤੇ ਦਫ਼ਤਰ ਨੀਚੇ ਬੈਠ ਗਈ, ਬੈਠੇ ਅਤੇ ਆਪਸ 'ਚ ਪਤਾ ਨਹੀਂ ਕੀ ਕੀ ਕਰ ਰਹੇ ਸੀਗੇ ਕਿ ਨਹੀਂ। ਇਹ ਉੱਥੋਂ ਪਾਣੀ ਲੈਣ ਗਿਆ ਸੀਗਾ ਨੀਚੇ, ਅਤੇ ਮੈਂ ਵੀ ਗਿਆ ਸੀ ਪਿੱਛੇ ਪਿੱਛੇ, ਅਤੇ ਇਹ ਉਹ ਕੁਛ ਗੜਬੜ ਕਰ ਰਹੇ ਸੀਗੇ। ਇਹਨੇ ਕੁੰਡਾ ਖੋਲ੍ਹਿਆ, ਉਹ ਡਰ ਗਏ ਤੁਹਾਨੂੰ ਦੇਖ ਕੇ ਜੀ। ਕਿ ਨੀਚੇ ਕਮਰਾ ਬਣਿਆ ਹੋਇਆ ਕਿ ਕੈਬਨ ਹੈ? ਗੁਰਸਿਆਂ ਗਰਸੇ ਲੱਗੇ, ਮਤਲਬ ਕਿ ਦਫ਼ਤਰ ਬਣਿਆ ਹੋਇਆ, ਦਫ਼ਤਰ ਬਣਿਆ ਹੋਇਆ। ਠੀਕ ਹੈ। ਉੱਥੇ ਬੈਠੇ ਸੀ, ਉੱਥੇ ਗਲਤ ਕੰਮ ਕਰ ਰਹੇ ਸੀ? ਗਲਤ ਕੰਮ ਕਰ ਰਹੇ ਸੀ। ਠੀਕ ਹੈ। ਇਹ ਖੋਲ੍ਹਿਆ, ਫਿਰ ਉਹ ਅਸੀਂ ਭੱਜ ਕੇ ਅਸੀਂ ਉੱਪਰ ਚਲੇ ਗਏ, ਉਹ ਸਾਡੇ ਪਿੱਛੇ ਪਿੱਛੇ ਕੋ ਸਾਨੂੰ ਲੜਨ ਲੱਗ ਗਿਆ, ਇਹਦੇ ਨਾਲ ਅਤੁਲ ਨਾਲ ਗਾਲਾ ਗੁਲਾ ਕੱਢਣ ਲੱਗ ਗਿਆ, ਆਪਸ ਲੜਨ ਲੱਗ ਗਏ ਜੀ। ਲੜ ਕੇ ਫਿਰ ਅਸੀਂ ਉੱਪਰ ਪੈ ਗਏ ਆਰਾਮ। ਕਿੰਨੇ ਕੁ ਵਜੇ ਦੀ ਗੱਲ ਹੋਣੀ ਇਹ? ਇਹ ਮਤਲਬ ਕਿ 2 ਵਜੇ ਦੀ ਗੱਲ ਹੋ ਗਈ। ਠੀਕ ਹੈ। 2 ਵਜੇ ਦੀ ਗੱਲ ਆ ਗਈ। ਉਸ ਤੋਂ ਬਾਅਦ ਜੀ ਫਿਰ ਅਸੀਂ ਉੱਪਰ ਬੈਠੇ ਹੋਏ ਸੀਗੇ, ਅਸੀਂ ਦੋਨੋਂ ਆਰਾਮ ਨਾਲ ਪੈ ਗਏ। ਇਹ ਫਿਰ ਆਪਣੀ ਸਹੇਲੀ ਨੂੰ ਛੱਡਣ ਤੋਂ ਲੱਗਾ, ਰੋ ਰਹੀ ਸੀ ਕੁੜੀ, ਰੋ ਰਹੀ ਸੀ, ਉਹਨੇ ਕੋਈ ਘਰ ਭੇਜਤੀ, ਅਤੇ ਫਿਰ ਉੱਪਰ ਆਇਆ ਇਹ। ਯਸ, ਫਿਰ ਅਸੀਂ ਸੌ ਗਏ ਸੀਗੇ ਦੋਨੋਂ, ਮੈਂ ਅਤੇ ਅਤੁਲ। ਫਿਰ ਸੁੱਤੇ ਸੁੱਤੇ ਸਾਨੂੰ ਪਤਾ ਨਹੀਂ ਲੱਗਿਆ ਕੀ ਹੋਇਆ ਕੀ ਨਹੀਂ, ਅਤੁਲ ਚੀਕਾਂ ਮਾਰਨ ਲੱਗਿਆ ਉੱਚੀ ਉੱਚੀ, ਚੀਕਾਂ ਮਾਰੀਆਂ ਨੇ। ਫਿਰ ਇਹਨੂੰ ਮੈਂ ਦੇਖਿਆ, ਇਹਦਾ ਅੱਗ ਉੱਗ ਲੱਗੀ ਸੀਗੀ। ਮੈਂ ਕਿੰਨੇ ਕੁ ਵਜੇ ਦਾ ਟਾਈਮ ਸੀਗਾ? ਇਹ ਸੀਗਾ ਜੀ 3:30 ਦੀ ਗੱਲ ਹੈ, ਅੱਗ ਉੱਗ ਲੱਗੀ ਜਦੋਂ। ਅੱਛਾ, ਫਿਰ ਅੱਗ ਉੱਗ ਲੱਗੀ ਇਹਨੂੰ, ਫਿਰ ਮੈਂ ਆਪਣੇ ਕੰਬਲ ਲੈ ਰੱਖਿਆ ਸੀਗਾ, ਮੈਂ ਉੱਪਰ ਪਾਇਆ ਅੱਗ ਉੱਗ ਬਚਾਈ, ਅਤੇ ਬਹੁਤ ਇਹਨੂੰ ਕੜੀਸ ਕੇ ਨੀਚੇ ਲੈ ਕੇ ਗਿਆ ਤੁਹਾਨੂੰ ਮੈਂ। ਦਫ਼ਤਰ ਵਾਲੀ ਚੀਕਾਂ ਮਾਰਿਆ, ਕਹਿੰਦਾ ਗੌਰਵ ਮੈਨੂੰ ਬਚਾ ਮੈਂ ਮਰ ਜਾਵਾਂਗਾ ਮਰ ਜਾਵਾਂਗਾ। ਇਹ ਭੱਜੀ ਆ ਰਹੀ ਸੀ, ਕਹਿੰਦਾ ਕੱਪੜੇ ਕੁੱਪੜੇ ਪਾੜ ਕੇ ਸਿੱਟ 'ਤੇ, ਪੈਟਰੋਲ ਲੱਗਿਆ ਸੀ ਵਿੱਚ, ਪਾੜ ਪੁੜ ਕੇ ਪੈਂਟ ਪੁੱਟ ਸਿੱਟਤੀ। ਫਿਰ ਇਹ ਬਸ ਇਹ ਸੜਕ 'ਤੇ ਭੱਜਣ ਲੱਗ ਗਿਆ ਸੀਗਾ ਅਤੁਲ, ਅਤੁਲ ਹੁੰਦਾ ਸੜਕ 'ਚ, ਕਹਿੰਦਾ ਗੌਰਵ ਬਚਾ ਲਿਆ ਜੀ, ਸਰੀਰ 'ਚ ਅੱਗ ਪੁੱਜ ਨਹੀਂ ਰਹੀ। ਫਿਰ ਆਪਣੀ ਕਮੀਜ਼ ਤਾਰੀ, ਮੈਨੇ ਇਹਦੇ ਉੱਪਰ ਰੱਖੀ ਟੱਕਰੀ, ਪਾਣੀ ਪੁਣੀ ਸਿੱਟਿਆ ਸੀ ਹਲਕਾ ਜਿਹਾ ਸਿੱਟਿਆ। ਫਿਰ ਸਰ ਅਸੀਂ ਮੈਂ ਲੋਕਾਂ ਨੂੰ ਹੈਲਪ ਮੰਗੀ, ਉਹਨਾਂ ਤੋਂ ਮੈਨੇ ਕਿਸੇ ਨੇ ਹੈਲਪ ਨਹੀਂ ਕੀਤੀ ਸਾਡੀ। ਮਿਲੇ ਲੋਕ ਉੱਥੇ ਵੈਸੇ ਤੁਹਾਨੂੰ? ਸਾਰੇ ਗਲੀ ਘੁੰਮ ਰਹੇ ਸੀਗੇ ਲੋਕ, ਕਿਸੇ ਨੇ ਹੈਲਪ ਨਹੀਂ ਕੀਤੀ, ਕਹਿੰਦੇ ਸਾਡੇ ਕੋਲ ਫੋਨ ਨਹੀਂ ਹੈਗਾ, ਕੁਛ ਨਹੀਂ ਹੈਗਾ, ਗੱਡੀਆਂ ਵੀ ਜਾ ਰਹੀ ਸੀਗੀਆਂ। ਅਸੀਂ ਸਭ ਨੂੰ ਕਿਹਾ ਵੀ ਸਾਡੀ ਹੈਲਪ ਕਰ ਦਿਓ, ਪਰ ਕੋਈ ਆਇਆ ਨਹੀਂ। ਫਿਰ ਮੈਨੇ ਹੈਪੀ ਭਾਅ ਜੀ ਨੂੰ ਫੋਨ ਕੀਤਾ, ਕਿਸੇ ਦਾ ਫੋਨ ਲੈ ਕੇ ਹੈਪੀ ਭਾਅ ਜੀ ਸਾਡੇ 1-2 ਮਿੰਟ 'ਚ ਆ ਗਏ ਸਾਡੇ ਕੋਲ, ਸੋ ਉਹਨਾਂ ਨੇ ਅੱਗੋਂ ਕੁਛ ਨਹੀਂ ਦੇਖੀ, ਅਤੇ ਉਹਨਾਂ ਨੇ ਸਾਨੂੰ ਨਾਲ ਦੇ ਨਾਲ ਰਜਿੰਦਰ ਹਸਪਤਾਲ ਲੈ ਕੇ ਆ ਗਏ। ਕਹਿੰਦੇ ਇਹ ਦੋ ਜਿਹੜੇ ਉੱਪਰ ਸੁੱਤੇ ਸੀ, ਅਤੇ ਇੱਕ ਮੁੰਡਾ ਕੋਈ ਆਪਣੇ ਯਸ਼ ਨਾਮ ਦਾ, ਸ਼ਾਇਦ ਕੋਈ ਆਪਣੀ ਸਹੇਲੀ ਸੁਹੇਲੀ, ਆਪਣੀ ਗਰਲਫ੍ਰੈਂਡ ਵਗੈਰਾ ਲੈ ਕੇ, ਸ਼ਾਇਦ ਨੀਚੇ ਦੇ ਆਫਿਸ ਬਣਾ, ਆਫਿਸ ਡਬਲ ਹੈਗਾ, ਨੀਚੇ ਕੋਈ ਇਹੋ ਜਿਹਾ ਗਲਤ ਕੁਛ ਕੰਮ ਕਰਦਾ ਹੋਣਾ ਕਿਤੇ, ਅਤੇ ਉਹ ਮੁੰਡੇ ਨੀਚੇ ਆਏ ਕਿਤੇ, ਉਹਨੇ ਸ਼ਾਇਦ ਦੇ ਦੂ ਲਿਆ ਉਹਨੂੰ ਕਿਤੇ, ਉਹਨੂੰ ਦੇਖ ਲਿਆ ਕਿਤੇ, ਅਤੇ ਉਹ ਦੇਖ ਕੇ ਵਾਪਸ ਚਲੇ ਗਏ,
तो वह मुंडा जो यश से उन्हें देख लिया भी हाँ सानू उन्हें देख लिया उस बाद उन्हें किया अपनी जी गर्लफ्रेंड से वो उन्होंने कुछ छड़ के आ गया होना पता नहीं दिमाग की गल आई की नहीं आई भी हाँ जो एड्डा वाला उन्हें स्टैप चकन की कोशिश की उन्हें पेट्रोल लैके आ गया शायद कहना भी अपने सवेरे रोड शो है अपना एक्टिव पेट्रोल घट है जी अपना लोड पी मुक्त पा लाँगा आप पेट्रोल लिया के रखता उ फिर वो जो इन्होंने मुंडे ने दसिया इन्हें अतुल ने शायद दसिया ना अपने दूजा बंदा ना भी गौरव हाँ उन्हें दसिया भी इदा करके भी इन्हें आपसी बहस हुई फिर मैं कहना चढ़ाता आपसे जो चुप कराता दोनों कहना चलो उस तो बाद कहना उत्तर चला गया तो मैं अभी दोनों कहते सो गए उत्थे कहते फिर उन्हें राति सुते वे उपर वो कहते मुंडा सुता सर वही जो पेट्रोल लैके एक्टिव पाने वास्तव लिया से पेट्रोल पा के अग ला के वो भज गया मुंडा उत्थे जो मेरे ध्यान से गल आई है लेकिन एक बड़ी माड़ी गल हैगी जी भी हाँ छोटी जी गल तो चलो कोई गल नहीं बच्चे ने गलती की थी तो कोई नहीं वो मैंने दसने वक्त की मैं बिठा के समझा भी यार यह काम ना करो कोई बच्चे गलतियां करते नहीं कोई गल नहीं समझा देना लेकिन ये जी इन्हें एड्डी वाला स्टैप चक्या वो एक जान वो जान के पिछे पै के बंद मारन की पूरी कोशिश की है भी वो खिलाफ़ सख्त सख्त कार्रवाई होनी चाहिए है जो बनती कार्रवाई पुलिस करनी चाहिए है तो उन्होंने जो सज़ा बनती है कानून के हिसाब से उन्होंने देनी चाहिए। उधर पुलिस ने मामला दर्ज कर अगली कार्रवाई शुरू कर दी है। मामला है जी कल सू बाद दोपहर एक एमरजेंसी मेडिकल ऑफिसर तो एक इतला आई थी भी अतुल नाँ का बंदा बर्न केस करके दाखिल है जिससे साढ़े ए सी तजिंदर सिंह ने जाके उत्थे मौका देखा तो बयान लिखे उस मुताबक असी धारा 326 अधीन मुकदमा यश नाम के बंदे के खिलाफ। लेकिन सर कुछ पता लग गया कि इन्वेस्टिगेशन के पार्ट से कि कुछ की मामला की सी जो इतना वाडा स्टैप चक्या उन्हें पेट्रोल पाया। मामला यह जी भी ये अपनी यश अपनी गर्लफ्रेंड के नाल उन्होंने निचले फ्लोर से बैठा सी तो जो उपरों आए तो उन्होंने इतराज होया तो इन्होंने आपस तकरारबाजी हुई उस तो बाद तो सर यश का कोई कंप्लेन कोई क्रिमिनल रिकॉर्ड है पहला भी कुछ इन्वेस्टिगेशन से आया नहीं हाले तक साढ़े को इन्वेस्टिगेशन जारी है जी और रिकॉर्ड बारे अस इन्वेस्टिगेशन तो बाद दस कुछ गिरफ्तारी हुई है सर इन मामले से हाले गिरफ्तारी नहीं हुई जी रेड कर रहे हैं। पटियाला तो बलजीत सरना की रिपोर्ट। फगवाड़ा दे विच आशू दी हट्टी दा खुला चैलेंज जित्थों तुहानू मिलणगे शहर विच सब तो सस्ते रेट ते सूट लहंगे साड़ियां ते प्लाजो। आशू दी हट्टी दा एक ही वादा तुहानू मिलणगे वधिया क्वालिटी दे कपड़े पर रेट नहीं होवेगा ज्यादा। एक बार विजिट जरूर करो आशू दी हट्टी ऑपोजिट बस स्टैंड फगवाड़ा।